ਕੋਟਲਾ ਸ਼ਰਤਾ ਜੀ ਸਾਡੇ ਪਿੰਡ ਦਾ ਡੀਸੀ ਸਾਹਿਬ ਆਏ ਸੀ ਐਸਡੀਐਮ ਸਾਹਿਬ ਆਏ ਸੀ ਤਹਿਸੀਲਦਾਰ ਸਾਹਿਬ ਆਏ ਸੀਗੇ ਜੋ ਕਿ ਵੱਖ ਵੱਖ ਸਕੀਮਾਂ ਬਾਰੇ ਸਾਨੂੰ ਸਮਝਾ ਕੇ ਗਏ ਨੇ ਨਰੇਗਾ ਬਾਰੇ ਜਾਂ ਬੂਟੇ ਲਾਉਣ ਬਾਰੇ ਆਪਾਂ ਕਿੱਦਾਂ ਉਹ ਜਿਹੜਾ ਲੋਕਾਂ ਨੂੰ ਰੁਜ਼ਗਾਰ ਕਿਵੇਂ ਦੇ ਸਕਦੇ ਹਾਂ ਵੱਧ ਤੋਂ ਵੱਧ ਅਸੀਂ ਉਹ ਪਾਲਣਾ ਕਰਾਂਗੇ ਜਿਵੇਂ ਸਾਨੂੰ ਸਮਝਾ ਕੇ ਗਏ ਨੇ ਅਤੇ ਉਹਨਾਂ ਜਿੱਦਾਂ ਸਾਨੂੰ ਦੱਸਿਆ ਉਹਦੇ ਪਾਲਣਾ ਕਰਾਂਗੇ ਅਸੀਂ ਅਤੇ ਪਾਣੀ ਦੇ ਕਨੈਕਸ਼ਨਾਂ ਬਾਰੇ ਦੱਸ ਕੇ ਗਏ ਨੇ ਅਤੇ ਪਾਣੀ ਦੇ ਕਨੈਕਸ਼ਨ ਵੱਧ ਤੋਂ ਵੱਧ ਦਵਾਓ ਉਹ ਵੀ ਅਸੀਂ ਜਿਹੜੇ ਆ ਪਾਣੀ ਦੇ ਕਨੈਕਸ਼ਨ ਹਰ ਘਰ 'ਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਰ ਜਿਹੜਾ ਅੱਜ ਵੱਖ ਵੱਖ ਪਿੰਡਾਂ ਦਾ ਜਾਇਜ਼ਾ ਲਿਆ ਗਿਆ ਉਹਦੇ ਬਾਰੇ ਸਰ ਸੋ ਅੱਜ ਅਸੀਂ ਪਿੰਡਾਂ ਵਿੱਚ ਗਏ ਸੀਗੇ ਮੇਰੇ ਨਾਲ ਸਾਡੇ ਐਸ ਡੀ ਐਮ ਸਾਹਿਬ ਸ਼੍ਰੀ ਬਲਵਿੰਦਰ ਸਿੰਘ ਜੀ ਬਟਾਲਾ ਤੋਂ ਤਹਿਸੀਲਦਾਰ ਸਾਹਿਬ ਵਾਟਰਸਪੇਟ ਡਿਪਾਰਟਮੈਂਟ ਦੇ ਐਕਸੀਅਨ ਬਟਾਲਾ ਬਲਾਕ ਦੇ ਬੀ ਡੀ ਓ ਅਸੀਂ ਸਾਰੇ ਜੁਆਇੰਟਲੀ ਹੋਰ ਅਫਸਰਾਂ ਨੇ ਪਿੰਡਾਂ ਜਾ ਕੇ ਮੀਟਿੰਗਾਂ ਦਿੱਤੀਆਂ ਨੇ ਅਸੀਂ ਤਿੰਨ ਪਿੰਡਾਂ 'ਚ ਗਏ ਸੀਗੇ ਸਾਡਾ ਮੁੱਖ ਮੰਤਵ ਹੈ ਪਿੰਡਾਂ 'ਚ ਰੁਜ਼ਗਾਰ ਨੂੰ ਬੜਾਵਾ ਦੇਣਾ ਉਹਦੇ ਲਈ ਮਨਰੇਗਾ ਸਕੀਮ ਨੂੰ ਛੱਪੜਾਂ ਦੀ ਸਫਾਈ ਅਤੇ ਟੋਇਲਟ ਦਾ ਕੰਮ ਮੁਕੰਮਲ ਕਰਾਉਣਾ ਅਤੇ ਪੀਣ ਵਾਲਾ ਪਾਣੀ ਦੇ ਕਨੈਕਸ਼ਨ ਇਸ ਤੋਂ ਇਲਾਵਾ ਪਿੰਡ ਜਿਹੜੇ ਹੋਰ ਲੋਕਾਂ ਦੀ ਤਕਲੀਫਾਂ ਨੇ ਅੱਜ ਸਵੇਰੇ 7 ਵਜੇ ਪ੍ਰੋਗਰਾਮ ਰੱਖਿਆ ਸੀਗਾ ਤਿੰਨ ਪਿੰਡਾਂ 'ਚ ਗਏ ਹਾਂ ਅਸੀਂ ਇਸੇ ਪ੍ਰਕਾਰ ਹਰ ਹਫ਼ਤੇ ਉਹਨਾਂ ਪਿੰਡਾਂ 'ਚ ਜਾਵਾਂਗੇ ਜਿੱਥੇ ਕੋਈ ਮੁਸ਼ਕਲਾਂ ਆ ਰਹੀਆਂ ਨੇ ਜਾਂ ਕੋਈ ਡਿਫੀਕਲਟੀ ਆ ਰਹੀਆਂ ਨੇ ਮੇਨ ਮਤਲਬ ਸਾਡਾ ਇਹੀ ਹੈ ਕਿ ਅਸੀਂ ਘੱਟੋ ਘੱਟ ਇਸ ਸਾਲ ਦੇ ਵਿੱਚ ਵਾਟਰ ਸਪਲਾਈ ਦੇ 70,000 ਘਰਾਂ 'ਚ ਪਾਣੀ ਦੀ ਕਨੈਕਸ਼ਨ ਹੋਰ ਦਈਏ ਜਿਹੜੇ ਟੋਇਲਟ 15-20 ਹਜ਼ਾਰ ਮੁਕੰਮਲ ਹੋਣੇ ਰਹਿੰਦੇ ਨੇ ਉਹ ਮੁਕੰਮਲ ਕਰਾਈਏ ਔਰ ਇਹਦੇ ਨਾਲ ਨਾਲ ਮਨਰੇਗਾ 'ਚ 100 ਕਰੋੜ ਤੋਂ ਵੱਧ ਖਰਚਾ ਕਰਕੇ ਛੱਪੜਾਂ ਦਾ ਕੰਮ ਕਰਾਈਏ ਗੁਰਦਾਸਪੁਰ ਜ਼ਿਲ੍ਹੇ 'ਚ 1200 ਪਿੰਡ ਨੇ 1280 ਪਿੰਡ ਨੇ ਇਹਨਾਂ 'ਚ ਅਸੀਂ 600 ਪਿੰਡਾਂ ਦਾ ਟਾਰਗੇਟ ਲੈ ਕੇ ਚੱਲ ਰਹੇ ਹਾਂ ਕਿ ਇਸ ਸਾਲ ਥਾਪਰ ਮਾਡਲ ਦੇ ਆਧਾਰ 'ਚ ਛੱਪੜਾਂ ਦਾ ਨਵੀਨੀਕਰਨ ਕੀਤਾ ਜਾਵੇ ਤਾਂ ਕਿ ਪਿੰਡਾਂ ਦੇ ਵਿੱਚ ਵਾਤਾਵਰਨ ਸਾਫ਼ ਹੋ ਸਕੇ ਇਸੇ ਪ੍ਰਕਾਰ ਅਸੀਂ ਉਹ ਟਾਰਗੇਟ ਲਿਆ ਕਿ ਹਰ ਪਿੰਡ ਦੇ ਵਿੱਚ 1000 ਤੋਂ ਲੈ ਕੇ 2000 ਬੂਟਾ ਲਾਇਆ ਜਾਵੇ ਕਿਉਂਕਿ 200 ਬੂਟਿਆਂ ਪਿੱਛੇ ਇੱਕ ਬੰਦੇ ਨੂੰ 26,000 ਰੁਪਏ ਦਾ ਰੁਜ਼ਗਾਰ ਮਿਲਦਾ ਹੈ ਅਤੇ ਅਸੀਂ ਸਰਪੰਚ ਸਾਹਿਬਾਂ ਨੂੰ ਇਹੀ ਅਪੀਲ ਕਰ ਰਹੇ ਹਾਂ ਕਿ 200 ਬੂਟੇ ਲਵਾ ਕੇ ਇੱਕ ਬੰਦੇ ਨੂੰ ਰੁਜ਼ਗਾਰ ਦਿਓ ਵਨ ਮਿੱਤਰ ਦੇ ਤੌਰ 'ਤੇ ਪਿੰਡਾਂ ਦੇ ਵਿੱਚ ਗ੍ਰੀਨ ਕਵਰ ਵਧੇਗਾ ਆਪਣੇ ਵਾਤਾਵਰਨ ਸ਼ੁੱਧ ਹੋਵੇਗਾ ਅਤੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ ਅਤੇ ਸਾਡਾ ਇਹੀ ਟਾਰਗੇਟ ਹੈ ਕਿ ਅਸੀਂ ਇਸ ਸਾਲ 1,00,000 ਬੂਟਾ ਜਿਹੜਾ ਘੱਟੋ ਘੱਟ ਆਪਣਾ ਤਿਆਰ ਕਰੀਏ ਸਾਡਾ ਹੋਰ ਹੋ ਜਾਵੇ ਇੱਕ ਬਲਾਕ ਦੇ ਵਿੱਚ ਔਰ ਪੂਰੇ ਜ਼ਿਲ੍ਹੇ ਸਾਡਾ ਟਾਰਗੇਟ ਹੈਗਾ ਕਿ ਸਾਡਾ 1,00,000 ਬੂਟਾ ਜਿਹੜਾ ਸਾਡਾ ਤਿਆਰ ਹੋਵੇ।